ਪੰਜਾਬੀ ਏਕਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ, ਪੰਜਾਬ ਵਿਧਾਨ ਸਭਾ ਸੈਸ਼ਨ ਬਾਰੇ ਭਗਵੰਤ ਮਾਨ ਸਰਕਾਰ ਵੱਲੋਂ ਵੱਡੀ ਖਬਰ। ਸਪੀਕਰ ਸੰਧਵਾ ਨੇ ਕੀਤਾ ਐਲਾਨ, ਸੀਐਮ ਭਗਵੰਤ ਮਾਨ ਨੇ 21 ਤਰੀਕ ਬਾਰੇ ਕੀਤਾ ਨਵਾਂ ਐਲਾਨ, ਜੇ ਨਾ ਮੰਨੀ ਗੱਲ ਤਾਂ ਫਿਰ ਹੋਵੇਗੀ ਸਖਤੀ। ਸੁਖਪਾਲ ਖਹਿਰਾ ਨੂੰ ਲੱਗਿਆ ਵੱਡਾ ਝਟਕਾ, ਪੁਲਿਸ ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ। ਪੰਜਾਬ 'ਚ ਮੀਂਹ ਪੈਣ ਬਾਰੇ ਮੌਸਮ ਵਿਭਾਗ ਵੱਲੋਂ ਵੱਡੀ ਖਬਰ ਜਾਰੀ ਕੀਤੀ ਭਵਿੱਖਬਾਣੀ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬੀਆਂ ਨੂੰ ਸੁਣਾਈ ਵੱਡੀ ਖੁਸ਼ਖਬਰੀ, ਕਰਤਾ ਐਲਾਨ। ਸੀਐਮ ਭਗਵੰਤ ਮਾਨ ਦਾ ਐਲਾਨ, ਏਸ਼ੀਆਈ ਖੇਡਾਂ 'ਚ ਤਮਗੇ ਜਿੱਤਣ ਵਾਲਿਆਂ ਨੂੰ 10 ਦਿਨਾਂ ਅੰਦਰ ਮਿਲਣਗੇ ਨਕਦ ਇਨਾਮ। ਸੁਖਬੀਰ ਬਾਦਲ ਨੇ ਮਾਨ ਸਰਕਾਰ ਦੇ ਖਿਲਾਫ਼ ਕੀਤਾ ਪ੍ਰਦਰਸ਼ਨ, ਭਗਵੰਤ ਮਾਨ ਦੀ ਬਣਾਈ ਰੇਲ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਦਾ ਇਜਲਾਸ ਸੱਦਿਆ ਗਿਆ ਹੈ। ਇਹ ਇਜਲਾਸ 20 ਅਤੇ 21 ਅਕਤੂਬਰ ਨੂੰ ਸੱਦਿਆ ਗਿਆ ਹੈ। ਇਸ ਇਜਲਾਸ ਦੌਰਾਨ ਵੱਖ ਵੱਖ ਮੁੱਦਿਆਂ ਜਿਵੇਂ ਕਿ SYL, RDF ਅਤੇ ਸਪੈਸ਼ਲ ਸੁਰੱਖਿਆ ਫੋਰਸ ਬਾਰੇ ਚਰਚਾ ਹੋ ਸਕਦੀ ਹੈ। ਇਸ ਬਾਰੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮਨਜ਼ੂਰੀ ਦੇ ਦਿੱਤੀ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸੰਧਵਾ ਨੇ ਕਿਹਾ ਕਿ ਇਹ ਨਵਾਂ ਇਜਲਾਸ ਨਹੀਂ ਹੋਵੇਗਾ, ਜਿਹੜਾ ਪੁਰਾਣਾ ਇਜਲਾਸ ਚੱਲ ਰਿਹਾ ਸੀ ਉਸੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਇਸ ਇਜਲਾਸ ਲਈ ਰਾਜਪਾਲ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਉਹਨਾਂ ਨੇ ਦੱਸਿਆ ਕਿ ਇਹ ਪਿਛਲੇ ਇਜਲਾਸ ਦੀ ਹੀ ਅਗਲੀ ਬੈਠਕ ਹੈ। ਸੰਧਵਾ ਨੇ ਦੱਸਿਆ ਕਿ ਇਜਲਾਸ ਬੁਲਾਉਣ ਲਈ ਰਾਜਪਾਲ ਦੀ ਮਨਜ਼ੂਰੀ ਦੀ ਉਸ ਵੇਲੇ ਲੋੜ ਪੈਂਦੀ ਹੈ ਜਦੋਂ ਨਵਾਂ ਇਜਲਾਸ ਬੁਲਾਇਆ ਜਾਣਾ ਹੋਵੇ, ਪਰ ਇਹ ਪੁਰਾਣਾ ਇਜਲਾਸ ਹੀ ਚੱਲ ਰਿਹਾ ਹੈ। ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਜੇਕਰ ਵਿਰੋਧੀਆਂ ਨੂੰ ਇਹ ਸ਼ਿਕਾਇਤ ਹੈ ਕਿ ਉਹਨਾਂ ਨੂੰ ਪੂਰਾ ਮੌਕਾ ਨਹੀਂ ਦਿੱਤਾ ਜਾਂਦਾ, ਤਾਂ ਇਸ ਵਾਰ ਉਹਨਾਂ ਨੂੰ ਵਿਧਾਨ ਸਭਾ ਅੰਦਰ ਆਪਣੀ ਗੱਲ ਰੱਖਣ ਦਾ ਪੂਰਾ ਸਮਾਂ ਦਿੱਤਾ ਜਾਵੇਗਾ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ। ਪੰਜਾਬ ਰਾਜ ਦੀਆਂ ਗੈਰ ਸਰਕਾਰੀ ਸੰਸਥਾਵਾਂ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਆਦਿ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹਨਾਂ ਹੁਕਮਾਂ ਤਹਿਤ ਮਿੱਥੀ ਗਈ ਸਮਾਂ ਸੀਮਾ ਦੀ ਮਿਆਦ ਵਧਾ ਕੇ 21 ਨਵੰਬਰ 2023 ਤੱਕ ਕਰ ਦਿੱਤੀ ਗਈ ਹੈ। ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਰਾਹੀਂ ਪਹਿਲਾਂ ਇਸ ਦੀ ਮਿਆਦ ਮਿਤੀ 21 ਫਰਵਰੀ 2023 ਤੱਕ ਨਿਰਧਾਰਿਤ ਕੀਤੀ ਗਈ ਸੀ। ਜ਼ਿਲ੍ਹਾ ਭਾਸ਼ਾ ਅਫਸਰ ਡਾਕਟਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਅਤੇ ਪੂਰਾ ਮਾਣ ਸਨਮਾਨ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਹਦਾਇਤਾਂ ਵਿੱਚ ਸਰਕਾਰੀ ਅਦਾਰਿਆਂ ਤੋਂ ਇਲਾਵਾ ਗੈਰ ਸਰਕਾਰੀ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਵੀ ਆਪੋ ਆਪਣੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਡਰੱਗ ਕੇਸ ਵਿੱਚ ਗ੍ਰਿਫਤਾਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਕੋਰਟ ਵਿੱਚ ਪੇਸ਼ੀ ਹੋਈ। 12 ਅਕਤੂਬਰ ਨੂੰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਹੁਣ ਉਹਨਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਦੱਸ ਦੇ ਕਿ ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਸੀ। ਅਦਾਲਤ ਨੇ ਹੁਣ ਉਹਨਾਂ ਨੂੰ ਸਿੱਧਾ ਹਾਈਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਦੇਣ ਲਈ ਕਿਹਾ। ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਆਪਣੀ ਗ੍ਰਿਫਤਾਰੀ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਸੀ। ਸੁਖਪਾਲ ਖਹਿਰਾ ਨੇ ਇਸ ਮਾਮਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸ 'ਤੇ ਹਾਈਕੋਰਟ ਨੇ ਸਰਕਾਰ ਨੂੰ 24 ਘੰਟਿਆਂ 'ਚ ਜਵਾਬ ਦਾਇਰ ਕਰਨ ਲਈ ਕਿਹਾ ਸੀ, ਪਰ ਸਰਕਾਰ ਵੱਲੋਂ ਕੋਈ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਿਆ। ਇਸ ਤੋਂ ਬਾਅਦ ਅਦਾਲਤ ਨੇ ਸੁਖਪਾਲ ਖਹਿਰਾ ਨੂੰ ਵੱਖਰੀ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪੰਜਾਬ 'ਚ ਮੌਸਮ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਬੇ ਵਿੱਚ 13 ਅਕਤੂਬਰ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਜਾ ਰਿਹਾ ਹੈ। ਇਸ ਦੇ ਪ੍ਰਭਾਵ ਕਾਰਨ ਮੌਸਮ ਵਿਭਾਗ ਵੱਲੋਂ 14 ਅਤੇ 15 ਅਕਤੂਬਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਅਜਿਹੇ 'ਚ ਜੇਕਰ ਤੁਸੀਂ ਇਹਨਾਂ ਤਰੀਕਾਂ ਨੂੰ ਕਿਤੇ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ। ਦੱਸਣਯੋਗ ਹੈ ਕਿ ਪੰਜਾਬ ਵਿੱਚ ਸੋਮਵਾਰ ਦੀ ਰਾਤ ਭਾਰੀ ਮੀਂਹ ਪਿਆ ਹੈ, ਜਿਸ ਕਾਰਨ ਮੌਸਮ ਦਾ ਮਿਜਾਜ ਅਚਾਨਕ ਬਦਲ ਗਿਆ ਹੈ। ਇਸ ਨੇ ਠੰਡ ਦਾ ਅਹਿਸਾਸ ਕਰਵਾ ਦਿੱਤਾ ਹੈ। ਬੀਤੀ ਦੇਰ ਰਾਤ ਪਏ ਮੀਂਹ ਕਾਰਨ ਤਾਪਮਾਨ ਵਿੱਚ 4 ਡਿਗਰੀ ਤੱਕ ਦੀ ਗਿਰਾਵਟ ਆ ਗਈ ਹੈ, ਜਿਸ ਦੌਰਾਨ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਕਾਰਨ ਕਈ ਇਲਾਕਿਆਂ 'ਚ ਦਰਖਤ ਆਦਿ ਵੀ ਡਿੱਗ ਗਏ ਹਨ। ਪੰਜਾਬ ਦੇ ਵਿੱਤੀ ਯੋਜਨਾ ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਬਿੱਲ ਲਿਆਓ ਇਨਾਮ ਪਾਓ ਸਕੀਮ ਤਹਿਤ ਸਤੰਬਰ ਮਹੀਨੇ ਮੇਰਾ ਬਿੱਲ ਐਪ 'ਤੇ ਬਿੱਲ ਅਪਲੋਡ ਕਰਨ ਵਾਲੇ 227 ਜੇਤੂਆਂ ਨੇ 13,39,425 ਰੁਪਏ ਦੇ ਇਨਾਮ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਠਿਤ ਕਮੇਟੀ ਵੱਲੋਂ ਸੋਮਵਾਰ ਨੂੰ ਆਨਲਾਈਨ ਲੱਕੀ ਡਰਾ ਕੱਢਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਸਮਰਪਣ ਸਨਮਾਨ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਏਸ਼ੀਆਈ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਚੀਨ ਤੋਂ ਵਾਪਸੀ ਦੇ ਬਾਅਦ 10 ਦਿਨਾਂ ਦੇ ਅੰਦਰ ਅੰਦਰ ਇਨਾਮ ਤੇ ਹੋਰ ਲਾਭ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤਮਗਾ ਜੇਤੂ ਖਿਡਾਰੀਆਂ ਦੇ ਸਨਮਾਨ ਦੀ ਕਦੇ ਵੀ ਪਰਵਾਹ ਨਹੀਂ ਕੀਤੀ, ਪਰ ਸਾਡੀ ਸਰਕਾਰ ਇਸ ਕੰਮ ਨੂੰ ਪੂਰੀ ਤਰਜੀਹ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਤਮਗਾ ਜੇਤੂ ਨੂੰ ਵਤਨ ਵਾਪਸੀ ਤੋਂ ਮਗਰੋਂ ਛੇਤੀ ਤੋਂ ਛੇਤੀ ਨਕਦ ਇਨਾਮ ਅਤੇ ਹੋਰ ਲਾਭ ਦਿੱਤੇ ਜਾਣ। ਸ਼੍ਰੋਮਣੀ ਅਕਾਲੀ ਦਲ ਵੱਲੋਂ SYL ਦੇ ਮੁੱਦੇ ਦੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ
ਘਿਰੋ ਕਰਨ ਲਈ ਕੂਚ ਕੀਤਾ ਗਿਆ ਜਿਸ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਬਿਕਰਮ ਮਜੀਠੀਆ ਤੋਂ ਇਲਾਵਾ ਹੋਰ ਸੀਨੀਅਰ ਆਗੂ ਮੌਜੂਦ ਰਹੇ। ਦਰਅਸਲ ਸੁਖਬੀਰ ਬਾਦਲ ਨੇ ਕਿਹਾ ਕਿ ਬਹਿਸ ਦਾ ਚੈਲੰਜ ਦੇ ਕੇ ਮੁੱਖ ਮੰਤਰੀ ਖੁਦ ਭੱਜ ਗਏ ਹਨ ਅਤੇ SYL ਦੇ ਮੁੱਦੇ ਤੇ ਉਹਨਾਂ ਨੇ ਕੇਜਰੀਵਾਲ ਅੱਗੇ ਗੋਡੇ ਟੇਕ ਦਿੱਤੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਗੱਲ ਕਰਨ ਵਾਲਿਆਂ ਤੇ ਆਮ ਆਦਮੀ ਪਾਰਟੀ ਤਸ਼ੱਦਦ ਕਰਦੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਨੇ ਪੰਜਾਬ ਦੀਆਂ ਸਾਰੀ ਸਿਆਸੀ ਪਾਰਟੀਆਂ ਨੂੰ ਬਹਿਸ ਦੀ ਚੁਣੌਤੀ ਦਿੱਤੀ ਸੀ, ਜਿਸ ਮਗਰੋਂ ਅਕਾਲੀ ਦਲ ਉਹਨਾਂ ਨਾਲ ਬਹਿਸ ਕਰਨ ਲਈ ਮੁੱਖ ਮੰਤਰੀ ਦੀ ਰਿਹਾਇਸ਼ ਕੋਲ ਪਹੁੰਚਿਆ। ਇੱਥੇ ਪੁਲਿਸ ਨੇ ਉਹਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਬਹੁਤ ਸਾਰੇ ਕੰਮ ਆ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਬਹੁਤ ਸਾਰੇ ਨਿਰਦੇਸ਼ ਕੀਤੇ। ਮੈਂ ਲੋਕਲ ਕਮੇਟੀਆਂ ਉੱਤੇ, ਕਿਉਂਕਿ ਇੱਥੇ ਪਹਿਲਾਂ ਪਿਛਲੀਆਂ ਸਰਕਾਰਾਂ ਦੀਆਂ ਬਣੀਆਂ ਹੋਈਆਂ ਕਮੇਟੀਆਂ ਸੀ, ਮੈਂ ਇਹਨਾਂ ਦੇ ਕੰਮ, ਇਹਨਾਂ ਦੀ ਕਾਰਗੁਜ਼ਾਰੀ ਇੱਕ ਸਾਲ ਦੇ ਵਿੱਚ ਦੇਖ ਲਈ ਹੈ ਕੀ ਕਰਦੇ ਨੇ, ਤੇ ਜੇ ਕਿਸੇ ਨੇ ਕੁਛ ਕੀਤਾ ਹੋਵੇ ਤੇ ਉਹ ਬਾਂਹ ਕੱਢ ਕੇ ਦੱਸ ਦੇਣ। ਸੋ ਇਹ ਸਾਰਾ ਕੰਮ ਆ ਜਿਹੜਾ ਮੈਂ ਆਪਣੇ ਨਿਗਰਾਨੀ ਦੀ ਲੈ ਰਹੀ ਹਾਂ। ਹਰ ਹਫ਼ਤਾ 10 ਦਿਨ ਮਗਰੋਂ ਮੈਂ ਹਰ ਕਮੇਟੀ ਦੇ ਵਿੱਚ ਗੇੜਾ ਮਾਰਨਾ। ਨਵਾਂਗਾਓਂ ਦੇ ਵਿੱਚ ਪਰੇਸ਼ਾਨੀਆਂ ਲੋੜ ਤੋਂ ਜ਼ਿਆਦਾ ਨੇ, ਕਿਉਂਕਿ ਜ਼ਿਆਦਾਤਰ ਏਰੀਆ ਸ਼ਾਮਲਾਟ ਦੀ ਜ਼ਮੀਨ ਤੇ ਵਸਿਆ। ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਗੈਰ ਕਾਨੂੰਨੀ ਢੰਗ ਦੇ ਨਾਲ ਕਲੋਨੀਆਂ ਕੱਟ ਕੇ ਇੱਥੇ ਆਮ ਪਬਲਿਕ ਨੂੰ ਗੁੰਮਰਾਹ ਕਰਕੇ ਵੇਚ ਦਿੱਤੀਆਂ, ਜਿੱਥੇ ਲੋਕਾਂ ਨੂੰ ਅੱਜ ਬਿਜਲੀ ਦੇ ਕਨੈਕਸ਼ਨ, ਪਾਣੀ ਦੇ ਕਨੈਕਸ਼ਨ ਦੀ ਲੈਣ ਵਿੱਚ ਦਿੱਕਤ ਆਉਂਦੀ ਹੈ। ਸੋ ਉਹਦੇ ਲਈ ਵੀ ਅਸੀਂ ਪਲਾਨ ਬਣਾ ਰਹੇ ਹਾਂ ਕਿ ਲੋਕਾਂ ਨੂੰ ਪਰਮਾਨੈਂਟ ਇਸ ਸਮੱਸਿਆ ਦੇ ਵਿੱਚੋਂ ਕਿਵੇਂ ਕੱਢਿਆ ਜਾਵੇ, ਕਿਉਂਕਿ ਜਿਹੜੇ ਲੋਕ ਪੱਕੇ ਤੌਰ ਤੇ ਇੱਥੇ ਵੱਸ ਗਏ ਨੇ ਹੁਣ ਉਹਨਾਂ ਨੂੰ ਛੇੜਿਆ ਨਹੀਂ ਜਾ ਸਕਦਾ। ਪਰ ਜਿਹੜਾ ਵੀ ਇੱਥੇ MLA ਪਹਿਲਾਂ ਬਣਦਾ ਸੀ ਉਹਨੇ ਇੱਕ ਕੰਮ ਫੜਿਆ ਹੋਇਆ ਸੀ, ਕੋਈ ਨਾ ਕੋਈ ਬਲਡੋਜ਼ਰ ਲੈ ਜਾਂਦੇ ਸੀ, JCB ਲੈ ਜਾਂਦੇ ਸੀ, ਲੋਕਾਂ ਦੇ ਘਰਾਂ ਮੂਹਰੇ ਆਪ ਭੇਜ ਕੇ ਆਪ ਹੀ ਮੂਹਰੇ ਖੜ ਜਾਂਦੇ ਸੀ, ਅਸੀਂ ਤੁਹਾਨੂੰ ਬਚਾ ਲਿਆ। ਇਹ ਹੁੰਦੇ ਡਰਾਮੇ, ਜਦੋਂ ਲੋਕਾਂ ਨੂੰ ਵਿਕਾਸ ਦੇ ਨਾਂ ਤੇ ਵੋਟਾਂ ਨਾ ਲੈਣੀਆਂ, ਲੋਕਾਂ ਨੂੰ ਡਰਾ ਕੇ ਵੋਟਾਂ ਲੈਣੀਆਂ ਵੀ ਤੁਸੀਂ ਸ਼ਿਆਮਲਾਟ ਦੀ ਜ਼ਮੀਨ ਤੇ ਬੈਠੇ ਹੋ, ਦੇਖੋ ਮੈਂ ਤੁਹਾਨੂੰ ਬਲਡੋਜ਼ਰ ਚੱਲਣ ਤੋਂ ਬਚਾ ਲਿਆ। ਪਰ ਇਹ ਇਸ ਗੱਲਾਂ ਕਰਕੇ ਲੋਕ ਇੱਥੇ ਬੜੇ ਡਰੇ ਹੋਏ ਕਿ ਕਿਸੇ ਵੀ ਵੇਲੇ ਸਾਨੂੰ ਥਾਂ ਨਾ ਦੇਣ। ਮੈਂ ਲੋਕਾਂ ਨੂੰ ਦੱਸੂਗੀ ਵੀ ਜਿਹੜੇ ਪੱਕੇ ਪੁਰਾਣੇ ਵਸਨੀਕ ਨੇ ਕਿਸੇ ਨੂੰ ਕਿਸੇ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ, ਨਾ ਹੀ ਸਾਡੇ ਸਰਕਾਰ ਇਹ ਵੇਲੇ ਡਰਾਮੇ ਕਰਦੀ ਹੈ। ਅਸੀਂ ਕੰਮ ਕਰਨੇ ਆ। ਅੱਜ ਬਹੁਤ ਸਾਰੇ ਕੰਮਾਂ ਦੇ ਨਿਰਦੇਸ਼ ਮੈਂ ਦਿੱਤੇ ਨੇ, ਜਿਨ੍ਹਾਂ ਦੇ ਕੁਛ ਹੀ ਦਿਨਾਂ 'ਚ ਟੈਂਡਰ ਲਾ ਕੇ ਲੋਕਾਂ ਦੀਆਂ ਗਲੀਆਂ ਨਾਲੀਆਂ ਪਾਣੀ ਸੀਵਰੇਜ ਜਿਹੜੇ ਟਿਊਬਵੈਲ ਦੇ ਤੁਹਾਡੇ ਪਾਸ ਹੋਏ ਹੋਏ ਨੇ, ਇਹ ਦਿਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਕੰਮ ਸ਼ੁਰੂ ਹੋ ਜਾਣਾ। ਬਾਕੀ ਰਹਿੰਦੇ ਆ ਜਿਹੜੇ ਮੈਂ ਵਾਰਡ ਦੇ ਵਿੱਚ ਵੀ ਵਿਜ਼ਿਟ ਕਰਕੇ ਜਾਂਦੀ ਹਾਂ, ਸਾਰੇ ਕੰਮ ਜਿਹੜੇ ਪਰਸਨਲ ਤੌਰ ਉੱਤੇ ਮੈਂ ਦੇਖ ਕੇ ਤੁਹਾਡੇ ਜਲਦ ਤੋਂ ਜਲਦ ਕਰਵਾਉਂਦੀ ਹਾਂ, ਤੁਹਾਡੇ ਕੰਮਾਂ ਲਈ ਮੈਂ ਜਵਾਬਦੇ ਹਾਂ। ਤੇ ਮੈਂ ਨਿੱਜੀ ਤੌਰ ਉੱਤੇ ਜਿਹੜੇ ਹਰ ਕੰਮ ਨੂੰ ਇਹ ਵਾਚ ਕਰਦੇ, ਤੇ ਜਿਹੜੇ ਵੀ ਇੱਥੇ ਵਸੂਲੀ ਕਰਦੇ ਆ, ਚਾਹੇ ਕੋਈ ਸਰਕਾਰੀ ਬੰਦਾ, ਜਿਹੜੇ ਇੱਥੇ ਇਲੀਗਲ ਤਰੀਕੇ ਨਾਲ ਕੰਸਟਰਕਸ਼ਨ ਕਰ ਰਹੇ ਨੇ, ਮੈਂ ਸਾਰਿਆਂ ਨੂੰ ਦੱਸ ਦਵਾਂ ਕਿ ਮੈਂ ਤੁਹਾਡੇ ਲੋਕਾਂ ਦੇ ਪੈਰਾਂ ਤੋਂ ਜ਼ਮੀਨ ਕੱਢ ਦੇਣੀ ਹੈ। ਸਾਡੇ ਕੋਲ ਇੱਥੇ ਸਕੂਲ ਬਣਾਉਣ ਨੂੰ ਥਾਂ ਨਹੀਂ, ਕਿਉਂਕਿ ਸਾਰੇ ਦਾ ਸਾਰਾ ਜਿਹੜਾ ਕਬਜ਼ੇ ਦੀ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ, ਸ਼ਰਮ ਆਉਣੀ ਚਾਹੀਦੀ ਹੈ। ਜਿਹੜੇ ਕਹਿੰਦੇ ਨੇ ਵੀ ਅਸੀਂ ਤੇ ਬੜਾ ਕੰਮ ਕੀਤਾ, ਤੁਸੀਂ ਲੁੱਟਿਆ, ਤੁਸੀਂ ਲੋਕਾਂ ਦੀਆਂ ਜਿਹੜੀਆਂ ਸਰਕਾਰ ਦੀਆਂ ਜ਼ਮੀਨਾਂ ਦੱਬ ਦੱਬ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੇਚੀਆਂ ਨੇ, ਹੋਰ ਤੁਸੀਂ ਕੁਛ ਨਹੀਂ ਕੀਤਾ। ਪੋਲੀਟੀਸ਼ੀਅਨਾਂ ਨੇ ਆਪਣੇ ਕੰਮ ਤੇ ਸੈੱਟ ਕਰ ਲਏ, ਪਰ ਇੱਥੇ ਲੋਕ ਨੇ ਜਿਹੜੇ ਹਰ ਵੇਲੇ ਡਰਦੇ ਮਾਹੌਲ 'ਚ ਰਹਿੰਦੇ ਨੇ। ਤੇ ਜੇ ਕਿਸੇ ਨੇ ਵੀ ਨਵੀਂ ਕੋਈ ਗਲਤ ਕੰਸਟਰਕਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਜ਼ਮੀਨਾਂ ਦੱਬਣ ਦੀ ਕੋਸ਼ਿਸ਼ ਕੀਤੀ, ਤੇ ਜਿਹੜੀਆਂ ਜ਼ਮੀਨਾਂ ਤੁਹਾਡੀਆਂ ਖਾਲੀਆਂ ਪਈਆਂ ਟਾਈਮ ਰਹਿੰਦੇ ਛੱਡ ਲਓ, ਅਦਰਵਾਈਜ਼ ਤੁਹਾਡੀਆਂ ਜਿਹੜੀਆਂ ਨਿੱਜੀ ਪ੍ਰਾਪਰਟੀਆਂ ਨੇ ਉਹਨਾਂ ਨੂੰ ਅਸੀਂ ਸਰਕਾਰ ਵੱਲੋਂ ਜ਼ਬਤ ਕਰਕੇ ਜਿਹੜੀ ਅਸੀਂ ਵਸੂਲੀ ਕਰਾਂਗੇ। ਇਹ ਜਿਹੜੇ ਕਾਲੇ ਕਾਰਨਾਮੇ ਤੁਸੀਂ ਨਵਾਂਗਾਓਂ ਦੇ ਵਿੱਚ ਕਰ ਰਹੇ ਹੋ, ਇਹ ਤੇ ਵਿਰਾਮ ਲਾਓ, ਇਹਨੂੰ ਰੋਕੋ, ਅਦਰਵਾਈਜ਼ ਸਰਕਾਰ ਗੰਭੀਰ ਆ ਤੇ ਇਹਦੇ ਇਹਨਾਂ ਮਸਲਿਆਂ ਉੱਤੇ ਅਸੀਂ ਸਖ਼ਤ ਕਾਰਵਾਈ ਕਰਕੇ ਤੁਹਾਡੇ ਤੇ ਸਖ਼ਤ ਜਿਹੜਾ ਐਕਸ਼ਨ ਉਹ ਲਵਾਂਗੇ। ਮੇਰਾ ਨਾਂ ਲੈ ਕੇ ਚੈਲੰਜ ਕੀਤਾ ਸੀ ਕਿ ਪੰਜਾਬ ਦੇ ਮੁੱਦੇ ਤੇ SYL ਦੇ ਮੁੱਦੇ ਤੇ ਮੈਂ ਸਿੱਧਾ ਡਿਬੇਟ ਕਰਨ ਨੂੰ ਤਿਆਰ ਹਾਂ। ਅਸੀਂ ਉਹਨਾਂ ਦਾ ਚੈਲੰਜ ਐਕਸੈਪਟ ਕੀਤਾ ਤੇ ਉਹਨਾਂ ਨੇ ਅਸੀਂ ਕਿਹਾ ਕਿ ਅਸੀਂ 10 ਤਰੀਕ ਨੂੰ ਹੀ ਆ ਜਾਂਦੇ ਤੁਹਾਡੇ ਘਰੇ। ਮੈਨੂੰ ਉਮੀਦ ਸੀ ਕਿ ਮੁੱਖ ਮੰਤਰੀ ਚ ਦਮ ਹੋਊਗਾ, ਕਿਉਂਕਿ ਉਹਨੇ ਚੈਲੰਜ ਕੀਤਾ ਕਿ ਆਪਣੀ ਡਿਬੇਟ ਕਰ ਸਕੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਉਹਨੇ ਆਪਣੀ ਪੁਲਿਸ ਰਾਹੀਂ ਸਾਨੂੰ ਰੋਕ ਲਿਆ, ਇੱਥੇ ਬੈਰੀਕੇਡ ਲਾ ਕੇ ਸਾਨੂੰ ਅੱਗੇ ਕੋਠੀ ਤਰਫ ਜਾਣ ਨਹੀਂ ਦਿੱਤਾ ਜਾ ਰਿਹਾ। ਮੁੱਖ ਮੰਤਰੀ ਜੀ,
साडा निशाना कोई थोड़ी कोठी घराओ करन दा नहीं, असी अमन शांति नाल कल्ली श्रोमणी अकाली दल दी सीनियर लीडरशिप हलका इंचार्ज उन्हां नूं कल्ले लैके थोड़े कोले आ रहे हैं। मैं इत्थे डीएसपी जो है उन्हां नूं रिक्वेस्ट कीती है कि तुसीं सानूं रोकिया क्यों। उन्होंने मैनू कहा कि पंजाब के मुख्यमंत्री के आदेश करके असी थोनू इतों अगे नहीं जान देंगे। बड़ी दुख की गल है, क्या कुछ तो हुण मुकर गया मुख्यमंत्री, अज कित्थे पता लग्या कित्थे गए है, मध्य प्रदेश भज गए। मैं हैरान है मुख्यमंत्री नूं पंजाब दे मुद्दे दे मतलब प्यारे नहीं है कि मध्य प्रदेश भज गया डरदा। मैं पहले भी कहा सी केजरीवाल तो पूछ लिया चैलेंज करन तो पहले, ते चे मैनू लगता केजरीवाल ने दबका मारिया कि तू पंगा क्यों ले जाना। ते अज केजरीवाल नूं जिवें तुहानूं सारयां नूं पता है कि केजरीवाल इनू मुख्यमंत्री अपना ड्राइवर समझदा है, जिथे चाहुंदा है मुख्यमंत्री पंजाब अपना हवाई जहाज जाके उत्थे चले जांदा उन्हूं लैके। अज पता लग्या मैनू सिक्योरिटी ने दस्या कि मुख्यमंत्री डरदा भज गया ते केजरीवाल नूं लैके मध्य प्रदेश चला गया। बड़ी हैरानी की गल है कि पंजाब दे मुद्दे उन्हूं हुण किधर गए, कल्ला ड्रामा ही कर रहा सी। इहदे दिल च कोई पंजाब प्रति ना केजरीवाल दे दिल च पंजाब प्रति है ते ना अपने मुख्यमंत्री दे दिल च कोई पंजाब प्रति कोई दर्द है। सो अज क्लियर है कि मुख्यमंत्री डर के भज गया, असी क्योंकि वह चला गया, असी इत्थे साडी सीनियर लीडरशिप जिहड़ी आई सी उन्हां नाल डिबेट करन वास्ते असी दसांगे मीडिया नूं, क्योंकि उहदी कुर्सी रखी सी वह तो आया नहीं, कि पंजाब दे असली मुद्दे की है ते मुख्यमंत्री केजरीवाल ते उहदी सरकार ने किवें तबाह कीता। भज गया ये जिहड़ा गप्पी मुख्यमंत्री है, ये कल्ला गल्लां नाल टाइम टपाई जा रहा है, गल्लां मारदे मारदे मुख्यमंत्री बन गया। अजे भी इहनूं अहमियत नहीं समझ आई, इन्ना वड्डा धोखा करके पंजाब दे पानियां दे नाल गद्दारी पंजाबियां दे नाल करके अदालतां च इत्थे पंजाब दा पक्ष कमजोर कीता है। शर्म नहीं आई कि जिहड़ा कहिंदा सी पहली तरीक नूं मैं बहस करांगा ते फिर भज क्यों गया, क्योंकि पहली तां बहुत दूर है, असीं तां अगले दिन ही पहुंच गए ते अज सुनदे सारी तड़के ही मध्य प्रदेश भज गया। जद पंजाब डुब रहा सीगा उस टाइम कर्नाटक बैठा होया सी, दोबारा फड़ा आईआं ते छत्तीसगढ़ चले गया। अज पंजाबियां दा इन्ना संजीदगी दे नाल लैण वाला मुद्दा है ते मुख्यमंत्री केजरीवाल नूं लैके मध्य प्रदेश भज गया। समा आ गया कि लोकी झाड़ू मार के इस निकम्मे झूठी सरकार नूं दफा करन। पानी नहीं है ते फसल नहीं है, फसल नहीं है ते पंजाब दा ढिड खाली हैगा। इहदे करके इह जानबूझ के केजरीवाल दे नाल आप दी कुर्सी च बने बैठन वास्ते पंजाब दा पक्ष कमजोर कर रहा हैगा। जिहड़ा केजरीवाल कहिंदा दिल्ली नूं भी पानी चाहीदा है, जिहड़ा केजरीवाल दा मैंबर ऑफ पार्लियामेंट सुशील गुप्ता शरेआम जिहदे नाल भगवंत मान स्टेज सांझी करदा है कहिंदा कि 24 च बना दिओ हरियाणे च सरकार, पंजाब च साडी सरकार है, 25 ते हरियाणे दे एक एक पिंड दा ही पंजाब दा पानी लैके आवांगे। ते भगवंत मान कमजोर वकील खड़े करके पंजाबियां दा हक कमजोर कर रहा है। जिहड़े बादल साहब ने जमीना वापस करती इहदे खिलाफ धरने मारे, लड़ाइयां लड़ियां, कैदा कटियां, अज उहनां करके लड़ाई वास्ते असीं फिर कमर बंद कर रहे हां, आपां कमर कस रहे हां, क्योंकि यह आम आदमी पार्टी ते कांग्रेस ने जिन्हां ने टक लाई सी पंजाबियां दे नाल पानियां दा सौदा कीता सी, दोनों कट्ठे हो गए ने ते कट्ठे हो के पंजाब दा पानी लुटना है ते अकाली दल लोकां दे नाल मिल के इहदे खिलाफ लड़ाई लड़ो। भाई ना हलका सरदूलगढ़ दा दौरा कीता पिंडां दा, नरमा बेल्टा हाले ते जिहड़ा बर्बाद होया सी फसलां, ना दो मुआवजा मिलिया ना थड़ां वाला मिलिया, की कहोगे? नहीं जी, मुआवजा तां सारे पंजाब च जे किसे नूं मिलिया नरमा वालिआं नूं तां ही मिलिया सी जिहड़े बादल साहब ने दित्ता सी। नरमे दे जो चिट्टा मच्छर दा अटैक होया सी किन्ने साल पहले, उहदे बाद तां तीन फसलां मर गईआं नरमे दी, ना उहनां नूं दवानी मिली
ਹੜਾਂ ਦੇ ਨਾਲ ਅੱਧਾ ਪੰਜਾਬ ਡੁੱਬ ਗਿਆ। ਸੰਤੂਲਗੜ ਹਲਕੇ ਦੇ ਵੀ ਕਿੰਨੇ ਪਿੰਡਾਂ ਦਾ ਵੱਡਾ ਨੁਕਸਾਨ ਹੋਇਆ। ਵੱਡੇ ਇਸ਼ਤਿਹਾਰ ਲਾਤੇ, ਵੱਡੀ ਗੱਲਾਂ ਮਾਰਦੀਆਂ, ਟਵੀਟ ਕਰਤਾ ਫੇਸਬੁੱਕ 'ਚ, ਪਰ ਦਵਾਨੀ ਕਿਸੇ ਦੇ ਖਾਤੇ 'ਚ ਨਹੀਂ ਆਈ ਹੈ। ਸੋ ਇਹ ਸਿਰਫ ਪ੍ਰਚਾਰ ਦੀ ਸਰਕਾਰ ਹੈ। ਭਗਵੰਤ ਮਾਨ ਨੂੰ ਸਿਰਫ ਗੱਲਾਂ ਕਰਨੀਆਂ, ਕੰਮ ਕਰਨਾ ਇਹਨੂੰ ਕੱਖ ਨਹੀਂ ਆਉਂਦਾ। ਸਾਰੀ ਉਮਰ ਕੰਮ ਨਹੀਂ ਕੀਤਾ ਤਾਂ ਪਰਿਵਾਰ ਛੱਡ ਕੇ ਭੱਜ ਗਿਆ। ਅੱਜ ਵੀ ਗੱਲਾਂ ਮਾਰੀ ਜਾ ਰਹੇ ਤੇ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਕੇ ਪੰਜਾਬ ਵੇਚਣ 'ਚ ਲੱਗਿਆ ਹੋਇਆ ਹੈ। ਇਹਨੂੰ ਦਫ਼ਾ ਕਰਨ ਦੀ ਲੋੜ ਹੈ। ਕਲੀਨਿਕਾਂ ਦੀ ਗੱਲ ਕਰਦੇ ਆ, ਕਲੀਨਿਕ ਬਣਾਤੇ ਪਰ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਹੁੰਦੇ। ਕੁਛ ਵੀ ਨਹੀਂ ਜੀ, ਸਾਰੇ ਜਿਹੜੇ ਸਰਕਾਰੀ ਹਸਪਤਾਲ ਜਿਹੜੇ ਸੀਗੇ ਉੱਥੋਂ ਚੱਕ ਕੇ ਮੁਹੱਲਾ ਕਲੀਨਿਕ ਜਿਹੜੇ ਨਿਕੰਮੇ ਜੇ ਬਣਾਏ, ਨਾ ਉਹਦੇ ਵਿੱਚ ਡਾਕਟਰ, ਨਾ ਉਹਦੇ ਵਿੱਚ ਦਵਾਈਆਂ। ਤੇ ਜਿਹੜੇ ਪਿੰਡਾਂ 'ਚ ਚੰਗਾ ਭਲਾ ਕੰਮ ਚੱਲਦਾ ਸੀ ਉਹ ਵੀ ਸਾਰਾ ਠੱਪ ਕਰ ਦਿੱਤਾ ਹੈ। ਜਿਹੜੇ ਗਾਰੰਟੀ ਦਿੰਦੇ ਸੀ ਕਿ ਸਕੂਲ ਤੇ ਹਸਪਤਾਲ ਬਣਾਉਣਾ ਚਾਹੁੰਦੇ ਨੇ, ਜਾਣਦੇ ਹਾਂ ਗਾਰੰਟੀਆਂ, ਤੇ ਨਾ ਸਕੂਲ ਨਾ ਕੋਈ ਹਸਪਤਾਲ। ਤੇ ਵੱਡੀ ਗੱਲ, ਕਾਂਗਰਸ ਤੇ ਆਮ ਆਦਮੀ ਹੁਣ ਇਕੱਠੇ ਨੇ, ਇਹ ਦੋਨੋਂ ਸੱਤਾਧਾਰੀ ਧਿਰ ਨੇ। ਪਹਿਲੇ ਵੀ ਇਕੱਠੇ ਹੋ ਕੇ ਅਕਾਲੀ ਦਲ ਦੇ ਖਿਲਾਫ਼ ਕਰਦੇ ਨੇ, ਹੁਣ ਇੰਡੀਆ ਅਲਾਇੰਸ ਬਣਾ ਕੇ ਸ਼ਰੇਆਮ ਇਕੱਠੇ ਹੋ ਗਏ ਨੇ। ਪੰਜਾਬ 'ਚ ਲੋਕਾਂ ਦੀ ਅੱਖਾਂ 'ਚ ਘੱਟਾ ਭਾਵੇਂ ਸਿੱਟਦੇ ਜਾਣ, ਜੋ ਮਰਜ਼ੀ ਬੋਲਣ। ਕੇਜਰੀਵਾਲ ਤੇ ਰਾਹੁਲ ਗਾਂਧੀ ਇਕੱਠੇ ਹੋ ਗਏ ਨੇ, 4 ਦਿਨਾਂ ਦੀ ਖੇਡ ਹੈਗੀ, ਸਾਰਿਆਂ ਦੇ ਸਾਹਮਣੇ ਆਜੂਗਾ। ਲੋਕੀ ਸਚੇਤ ਹੋ ਜਾਣ, ਲੁਟੇਰਿਆਂ ਨੇ, ਕਾਂਗਰਸੀਆਂ ਨੇ ਲੁੱਟ ਕੇ ਖਾ ਗਏ ਤੁਹਾਡਾ ਭਵਿੱਖ, ਤੇ ਹੁਣ ਇਹ ਲੁੱਟਣ 'ਚ ਲੱਗੇ ਹੋਏ ਨੇ। ਬਚਾ ਲਓ ਪੰਜਾਬ ਨੂੰ, ਤਕੜੀ ਨੂੰ ਮਜ਼ਬੂਤ ਕਰੋ ਤਾਂ ਕਿ ਤੁਹਾਡੇ ਵਾਸਤੇ ਲੜਾਈ ਲੜਨ ਜੋਗੇ ਹੋਏ।